ਸਾਡੇ ਨਾਲੋਂ ਤੇ ਸਿੱਖ ਚੰਗੇ ਨਿਕਲੇ ਨੇ ਜਿਹੜੇ ਆਪਣੇ ਗੁਰੂ ਦੇ ਰੰਗ ਵਿੱਚ ਰੰਗੇ ਤੇ ਹੋਏ ਨੇ ਨਾ ਕਿਤੇ ਕਿਸੇ ਲਾਹੌਰ ਦੀ ਗਲੀ ਵਿੱਚ ਕਿਸੇ ਲਾਹੌਰ ਦੇ ਮਜਮੇ ਦੇ ਵਿੱਚ ਸਿੱਖ ਖੜਾ ਹੋ ਜਾਏ ਸਿੱਖ ਨੂੰ ਕਦੀ ਨਹੀਂ ਦੱਸਣਾ ਪਿਆ ਮੇਰਾ ਬਦਲ ਕੀ ਹੈ ਸਿੱਖ ਨੂੰ ਕਦੀ ਨਹੀਂ ਦੱਸਣਾ ਪਿਆ ਮੇਰਾ ਮਸਲਕ ਕੀ ਹੈ। ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਇੱਕ ਪਾਕਿਸਤਾਨੀ ਮੁਸਲਮਾਨ ਇਹ ਕਹਿ ਰਿਹਾ ਕਿ ਮੁਸਲਮਾਨਾਂ ਨਾਲੋਂ ਸਿੱਖ ਚੰਗੇ ਹੈ। ਕਿਉਂ ਚੰਗੇ ਹੈ ਇਹ ਤਾਂ ਅਸੀਂ ਅੱਜ ਦੀ ਵੀਡੀਓ ਵਿੱਚ ਦੇਖਾਂਗੇ, ਲੇਕਿਨ ਅਗਰ ਇਹੀ ਗੱਲ ਮੈਂ ਕਹਾਂ ਤਾਂ ਸਾਰੇ ਜਿਹੜੇ ਨਾ ਮੁਸਲਮਾਨ ਮੇਰੇ ਭਰਾ ਉਹ ਮੇਰੇ ਖਿਲਾਫ਼ ਹੋ ਜਾਣਗੇ ਅਤੇ ਮੈਨੂੰ ਕਹਿਣਗੇ ਤੂੰ ਸਿੱਖ ਹੋ ਗਿਆ ਮੈਂ। ਬਹਰਹਾਲ ਚੱਲ ਕੇ ਅਸੀਂ ਪਹਿਲੇ ਵੀਡੀਓ ਦੇਣੇ ਹੈ ਅਤੇ ਬਾਅਦ ਵਿੱਚ ਇੱਥੇ ਗੱਲਬਾਤ ਕਰਾਂਗੇ। ਅਸੀਂ ਏਡੇ ਬੇਵਫਾ ਲੋਕ ਹਾਂ, ਸਾਡੇ ਤੇ ਕਿਸੇ ਦਾ ਰੰਗ ਵੀ ਨਹੀਂ ਚੜਿਆ ਹੋਇਆ। ਵਾਲਾਂ ਦਾ ਪਫ ਵੇਖ ਕੇ ਲੱਗਦਾ ਇਹਦਾ ਤਾਲਕ ਸਿੱਖਾਂ ਨਾਲ ਹੈ। ਥੱਲੇ ਦਾੜੀ ਜਦੋਂ ਗੁੰਡੋ ਨਾਈ ਹੋਈ ਲੱਗਦੀ ਹੈ, ਇਹ ਲੱਗਦਾ ਇਹਦਾ ਤਾਲੁਕ ਜਨਾਬ ਯਹੂਦੀਆਂ ਨਾਲ ਹੈ। ਥੱਲੇ ਪੈਂਟ ਪਾਈਏ ਬਿਲਕੁਲ ਘੁੱਟਵੀ ਗਈ, ਇਹ ਲੱਗਦਾ ਜਿਵੇਂ ਇਹਦਾ ਤਾਲੁਕ ਕੋਈ ਆਪਣਾ ਤੇ ਗੁਰੂਕਾਰਾਂ ਦੇ ਨਾਲ ਹੈ। ਬੰਦਾ ਜਜਮੈਂਟ ਹੀ ਨਹੀਂ ਕਰ ਸਕਦਾ ਇਹ ਕਿਹਦੇ ਰੰਗ ਵਿੱਚ ਰੰਗਿਆ ਹੈ। ਬੰਦਾ ਸੋਚ ਵੀ ਨਹੀਂ ਸਕਦਾ, ਬੰਦਾ ਕੋਈ ਫੈਸਲਾ ਹੀ ਨਹੀਂ ਕਰ ਸਕਦਾ ਇਹਨੂੰ ਮੈਂ ਕਿਹਦੇ ਰੰਗ ਵਿੱਚ ਰੰਗਿਆ। ਆਖਾਂ ਸਾਡੇ ਨਾਲੋਂ ਤੇ ਸਿੱਖ ਚੰਗੇ ਨਿਕਲੇ ਨੇ ਜਿਹੜੇ ਆਪਣੇ ਗੁਰੂ ਦੇ ਰੰਗ ਵਿੱਚ ਰੰਗੇ ਤੇ ਹੋਏ ਨੇ ਨਾ ਕਿਤੇ ਕਿਸੇ ਲਾਹੌਰ ਦੀ ਗਲੀ ਵਿੱਚ ਕਿਸੇ ਲਾਹੌਰ ਦੇ ਮਜਮੇ ਦੇ ਵਿੱਚ ਸਿੱਖ ਖੜਾ ਹੋ ਜਾਏ ਸਿੱਖ ਨੂੰ ਕਦੀ ਨਹੀਂ ਦੱਸਣਾ ਪਿਆ ਮੇਰਾ ਬਦਲ ਕੀ ਹੈ, ਸਿੱਖ ਨੂੰ ਕਦੀ ਨਹੀਂ ਦੱਸਣਾ ਪਿਆ ਮੇਰਾ ਮਸਲਕ ਕੀ ਹੈ। ਸਿੱਖ ਨੂੰ ਵੇਖ ਕੇ ਦੁਨੀਆਂ ਪਹਿਚਾਣ ਲੈਂਦੀ ਹੈ, ਇਹਦੀ ਪਗੜੀ ਦੱਸਦੀ ਹੈ ਸਿੱਖ ਹੈ, ਇਹਦੀ ਏਡੀ ਦਾੜੀ ਦੱਸਦੀ ਹੈ ਸਿੱਖ ਹੈ, ਇਹਦੇ ਕੱਪੜਿਆਂ ਦਾ ਅੰਦਾਜ਼ ਦੱਸਦਾ ਸਿੱਖ ਹੈ। ਹਾਲਾਂਕਿ ਪੂਰੀ ਗ੍ਰੰਥ ਪੱਤਰ ਕਿਤੇ ਗੁਰੂ ਨਾਨਕ ਨੇ ਨਹੀਂ ਆਖਿਆ ਕਿ ਮੇਰੇ ਮੰਨਣ ਵਾਲੇ ਦਾੜੀ ਰੱਖਣ, ਪੂਰੀ ਗ੍ਰੰਥ ਵਿੱਚ ਕਿਤੇ ਨਹੀਂ ਲਿਖਿਆ। ਲੇਕਿਨ ਹਰ ਸਿੱਖ ਦਾੜੀ ਕਿਉਂ ਰੱਖਦਾ? ਫਰਜ਼ਦਾਰ ਸਰਦਾਰ ਜੀ ਦੱਸੋ ਨਾ ਦਾੜੀ ਕਿਉਂ ਰੱਖੀਏ? ਉਹ ਕਹਿੰਦਾ ਮੇਰੇ ਗੁਰੂ ਦੀ ਅਦਾਏ, ਮੇਰੇ ਗੁਰੂ ਦੀ ਅਦਾਏ। ਪਗੜੀ ਕਿਉਂ ਪਾਈਏ? ਅਖੇ ਮੇਰੇ ਗੁਰੂ ਦੀ ਅਦਾਏ। ਹੱਥ ਵਿੱਚ ਕੜਾ ਕਿਉਂ ਪਹਿਨੇ? ਮੇਰੇ ਗੁਰੂ ਦੀ ਅਦਾਏ। ਉਹ ਗੁਰੂ ਦੀ ਅਦਾ ਵਿੱਚ ਰੰਗਿਆ ਹੋਇਆ ਹੈ, ਸਾਡੇ ਨਾਲੋਂ ਤੇ ਚੰਗਾ ਹੈ ਜਿਹਦਾ ਨਾਂ ਲੈਂਦਾ ਹੈ ਉਹਦੇ ਰੰਗ ਵਿੱਚ ਤੇ ਰੰਗਿਆ ਹੈ। ਅਸੀਂ ਜਿਹਦੇ ਤੋਂ ਮਰਨ ਲਈ ਤਿਆਰ ਹਾਂ ਉਹਦੇ ਰੰਗ ਵਿੱਚ ਰੰਗਣ ਲਈ ਤਿਆਰ ਹੋਈ ਨਹੀਂ। ਜਿਹਦੀ ਗੁਲਾਮੀ ਦੇ ਨਾਰੇ ਲਾਉਂਦੇ ਹਾਂ ਉਹਦੇ ਰੰਗ ਵਿੱਚ ਰੰਗਣ ਲਈ ਤਿਆਰ ਹੋਈ ਨਹੀਂ। ਜਿਹਦੀ ਖਾਤਰ ਅਮਰੀਕਾ ਨੂੰ ਮਾਵਾਂ ਭੈਣਾਂ ਦੀਆਂ ਗਾਰਾਂ ਕੱਢਣ ਲਈ ਤਿਆਰ ਹਾਂ ਉਹਦੇ ਰੰਗ ਵਿੱਚ ਰੰਗਣ ਲਈ ਤਿਆਰ ਨਹੀਂ। ਹਜ਼ਰਾਤੇ ਦੀ ਵਕਾਰ ਜਿਹਦੇ ਨਾਮ ਤੋਂ ਕਰੋੜਾਂ ਦੇ ਜਲਸੇ ਕਰਵਾਉਣ ਲਈ ਤਿਆਰ ਹਾਂ ਉਹਦੇ ਰੰਗ ਵਿੱਚ ਰੰਗਣ ਲਈ ਤਿਆਰ ਨਹੀਂ। ਪਤਾ ਨਹੀਂ ਕਿਵੇਂ ਦੇ ਲੋਕ ਆ, ਉਹ ਗੱਲ ਸਮਝ ਵਿੱਚ ਨਹੀਂ ਆਉਂਦੀ, ਕੋਈ ਪਤਾ ਨਹੀਂ ਲੱਗਦਾ ਅਸੀਂ ਕਿਵੇਂ ਦੇ ਬੰਦੇ ਆ, ਕੋਈ ਸਮਝ ਨਹੀਂ ਆਉਂਦੀ ਅਸੀਂ ਕਿਵੇਂ ਦੇ ਲੋਕ ਆ, ਕੋਈ ਜਜਮੈਂਟ ਨਹੀਂ ਕੀਤਾ ਜਾ ਸਕਦਾ ਅਸੀਂ ਕਿਹੜੇ ਪਾਸਿਓ ਮੁਸਲਮਾਨ ਆ, ਕਿਹੜੇ ਪਾਸਿਓ ਮੁਸਲਮਾਨ ਲੱਗਦੇ ਆ, ਕਿਹੜੇ ਪਾਸਿਓ ਕਮਲੀ ਵਾਲੇ ਦੇ ਦੀਵਾਨੇ ਲੱਗਦੇ। ਦੋਸਤੋ, ਤੁਸੀਂ ਮੌਲਾਨਾ ਸਾਹਿਬ ਦੀ ਜ਼ੁਬਾਨੀ ਸੁਣਿਆ ਕਿ ਉਹ ਕਹਿ ਰਹੇ ਹੈ ਕਿ ਸਾਡੇ ਮੁਸਲਮਾਨਾਂ ਨਾਲੋਂ ਤੇ ਸਿੱਖ ਚੰਗੇ ਆ, ਲੇਕਿਨ ਮੈਂ ਇੱਥੇ ਕਹਾਂਗਾ ਕਿ ਮੌਲਾਨਾ ਸਾਹਿਬ ਵੀ ਕੁਛ ਗਲਤ ਹੈਗੇ ਆ, ਸਾਰੇ ਮੁਸਲਮਾਨ ਇੰਝ ਦੇ ਨਹੀਂ ਹੈਗੇ, ਕੁਛ ਲੋਕ ਹੀ ਇੰਝ ਦੇ ਆ। ਇਹ ਸ਼ੁਰੂ ਤੋਂ ਇੰਝ ਰਿਹਾ, ਤੁਸੀਂ ਦੇਖ ਲਓ ਵਜ਼ੀਰ ਖਾਨ ਨੂੰ ਦੇਖ ਲਵੋ, ਤੁਸੀਂ ਔਰੰਗਜ਼ੇਬ ਨੂੰ ਦੇਖ ਲਵੋ, ਸੂਬੇ ਖਾਨ ਦੇਖ ਲਵੋ, ਹੋਰ ਵੀ ਕਈ ਇੰਝ ਦੇ ਮੁਸਲਮਾਨ ਸੀ ਕਿ ਜਿਨ੍ਹਾਂ ਦੇ ਕੰਮਾਂ ਤੋਂ ਲੱਗਦਾ ਹੀ ਨਹੀਂ ਕਿ ਉਹ ਮੁਸਲਮਾਨ ਹੈ। ਅਤੇ ਦੂਸਰੇ ਬੰਨੇ ਤੁਸੀਂ ਮੀਆਂ ਮੀਰ ਸਰਕਾਰ, ਨਬੀ ਖਾਨ, ਵਲੀ ਖਾਨ, ਉੱਚਦੇ ਪੀਰ, ਹੋਰ ਵੀ ਕਈ ਇੰਝ ਦੇ ਮੁਸਲਮਾਨ ਸੀ ਜਿਨ੍ਹਾਂ ਨੇ ਹੱਕ ਦਾ ਸੱਚ ਦਾ ਸਾਥ ਦਿੱਤਾ, ਠੀਕ ਹੈ। ਅਤੇ ਵੀਰੋ, ਇਸ ਤਰ੍ਹਾਂ ਦੇ ਲੋਕ ਹਰ ਜਗ੍ਹਾ ਮੌਜੂਦ ਹੁੰਦੇ ਆ, ਲੇਕਿਨ ਇੱਕ ਜਿਹੜੀ ਗੱਲ ਹੈ ਮੌਲਾਨਾ ਸਾਹਿਬ ਨੇ ਕੀਤੀ, ਬਹੁਤ ਵਧੀਆ ਗੱਲ ਕੀਤੀ। ਉਹ ਕਿਹੜੀ ਗੱਲ ਕੀਤੀ ਕਿ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਕਿ ਉਹ ਸਿੱਖ ਹੈ, ਉਹਨਾਂ ਦੀ ਪਹਿਚਾਣ ਹੈ, ਕੀ ਪਹਿਚਾਣ ਹੈ। ਸਿੱਖ ਜਿੱਥੇ ਇੱਕ ਮਜਮੇ ਵਿੱਚ ਵੀ ਦੂਰ ਵੀ ਖੜਾ ਹੋਏਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਏ। ਕਿਉਂ ਲੱਗ ਜਾਏਗਾ? ਉਹਨੇ ਜਨਾਬ ਆਪਣੇ ਸਿਰ 'ਤੇ
ਪੱਗ ਬੰਨੀ ਹੋਏਗੀ, ਉਹਦੇ ਤੋਂ ਪਤਾ ਲੱਗੇਗਾ ਦਸਤਾਰ ਬੰਨੀ ਹੋਏਗੀ, ਕੜਾ ਪਾਇਆ ਹੋਏਗਾ ਹੱਥ ਵਿੱਚ, ਕਿਰਪਾਨ ਹੋਏਗੀ, ਫਿਰ ਉਹਨੇ ਵੱਡਾ ਦਾੜਾ ਰੱਖਿਆ ਹੋਏਗਾ, ਕੇਸ ਰੱਖੇ ਹੋਣਗੇ, ਇਹ ਉਹਦੀਆਂ ਸ਼ਨਾਖਤਾਂ ਹੈਗੀਆਂ ਵਾ ਜਿਹਨਾਂ ਤੋਂ ਦੱਸਣਾ ਨਹੀਂ ਪਏਗਾ। ਅਤੇ ਇਹ ਦੇਖੋ ਇਹੀ ਗੱਲ ਅਗਰ ਮੈਂ ਕਹਾਂ ਤਾਂ ਮੇਰੇ ਖਿਲਾਫ ਲੋਕਾਂ ਨੇ ਡੰਡੇ ਲੈ ਕੇ ਆ ਜਾਣਾ ਵੈ, ਲੋਕਾਂ ਨੇ ਕਹਿਣਾ ਲਓ ਜੀ ਸਿੱਖ ਹੋ ਗਿਆ ਵੈ, ਲਓ ਜੀ ਇਹ ਸਿੱਖਾਂ ਦੀ ਤਾਰੀਫ ਕਰਦਾ ਵੈ, ਲਓ ਜੀ ਸਿੱਖਾਂ ਦੇ ਬਾਰੇ ਕਹਿੰਦਾ ਵੈ। ਲੇਕਿਨ ਜਿਹੜੀ ਸੱਚ ਗੱਲ ਹੈ ਉਹ ਕਹਿ ਕਹੀਏ ਤਾਂ ਫਿਰ ਸਾਰਿਆਂ ਨੂੰ ਬੜੀ ਘੋੜੀ ਅਤੇ ਮਾੜੀ ਲੱਗਦੀ ਹੈ। ਹੁਣ ਇਹਦੇ ਵਿੱਚ ਕੀ ਹੈ, ਉਹ ਆਪਣੇ ਉਹ ਵੇਖੋ ਰ ਵੇਖੋ ਉਹਨਾਂ ਨੇ ਗੱਲ ਕਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਨਹੀਂ ਇਹ ਕਿਹਾ ਕਿਹਾ ਸਿੱਖਾਂ ਨੂੰ ਕਿ ਤੁਸੀਂ ਇਹ ਕੰਮ ਕਰੋ, ਉਹ ਆਪ ਕੰਮ ਕਰਦੇ ਹੈ। ਕਿਉਂਕਿ ਤੁਹਾਨੂੰ ਜਿਸ ਬੰਦੇ ਨਾਲ ਮੁਹੱਬਤ ਹੁੰਦੀ ਹੈ ਤੁਸੀਂ ਉਂਝ ਦੇ ਕੰਮ ਕਰਨਾ ਸ਼ੁਰੂ ਹੋ ਜਾਂਦੇ ਜੇ। ਅਸੀਂ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਮੁਹੱਬਤ ਕਰ ਰਹੇ ਹਾਂ ਅਤੇ ਅਸੀਂ ਉਹਨਾਂ ਦੇ ਜਿਹੜੇ ਉਹਨਾਂ ਨੇ ਅਰਸ਼ਾਦ ਫਰਮਾਇਆ ਜਿਹੜੇ ਕੰਮ ਕਰਨ ਦਾ ਹੁਕਮ ਦਿੱਤਾ ਅਸੀਂ ਉਹ ਕੰਮ ਕਰੀਏ। ਜਿਹੜਾ ਵਜ਼ੀਰ ਖਾਨ ਸੀ ਦੇਖੋ ਉਹਨਾਂ ਨੇ ਜ਼ਾਲਮ ਨੇ ਮਾਸੂਮ ਸ਼ਾਹਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਚਿਣਾ ਦਿੱਤਾ। ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ ਤੁਸੀਂ ਜ਼ੁਲਮ ਕਰੋ, ਸਾਡੇ ਇਸਲਾਮ ਦੇ ਵਿੱਚ ਤਾਂ ਇੰਝ ਦੀ ਕੋਈ ਸਜ਼ਾ ਦਾ ਜ਼ਿਕਰ ਹੀ ਨਹੀਂ ਹੈ। ਇਸਲਾਮ ਦੇ ਅੰਦਰ ਇਹ ਹੈ ਕਿ ਜਿਹੜਾ ਮੈਦਾਨੇ ਜੰਗ ਦੇ ਵਿੱਚ ਸ਼ਾਮਲ ਨਹੀਂ ਹੈ, ਬੁੱਢੇ ਔਰਤਾਂ ਬੱਚੇ, ਉਹਨਾਂ 'ਤੇ ਕੋਈ ਜ਼ੁਲਮ ਨਾ ਕਰੇ, ਉਹਨਾਂ ਨੂੰ ਕੋਈ ਨਾ ਤੰਗ ਕੀਤਾ ਜਾਵੇ। ਜਿਹੜਾ ਉਹਨਾਂ ਦਾ ਮਜ਼ਹਬ ਹੈ ਉਹ ਆਪਣੇ ਮਜ਼ਹਬ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ, ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਅਤੇ ਇੱਥੇ ਜ਼ਾਲਮਾਂ ਨੇ ਕੀ ਕੀਤਾ, ਮਾਸੂਮ ਬੱਚਿਆਂ ਨੂੰ ਦੀਵਾਰਾਂ ਵਿੱਚ ਚਿਣਾ ਦਿੱਤਾ। ਐਂ ਦੀ ਸਜ਼ਾ ਇਸਲਾਮ ਦੇ ਅੰਦਰ ਹੈ ਹੀ ਨਹੀਂ ਹੈ। ਮੈਨੂੰ ਦੱਸੋ ਇਸ ਤਰ੍ਹਾਂ ਦੇ ਮੁਸਲਮਾਨ ਨੂੰ ਅਸੀਂ ਮੁਸਲਮਾਨ ਕਹਿ ਸਕਦੇ ਹਾਂ, ਜਿਹੜਾ ਕਿ ਸਾਡੇ ਪਿਆਰੇ ਨਬੀ ਹਜ਼ਰਤ ਹਜ਼ੂਰ ਪਾਕ ਸੱਲਮ ਨੇ ਜਿਹੜੀਆਂ ਚੀਜ਼ਾਂ ਤੋਂ ਮਨਾ ਫਰਮਾਇਆ ਉਹ ਕੰਮ ਕਰਨ ਡਏ ਹੈ, ਜਿਹੜਾ ਕਹਿੰਦਾ ਉਹਨਾਂ ਹੁਕਮ ਦਿੱਤਾ ਉਹ ਕੰਮ ਹੀ ਨਹੀਂ ਕਰਨ ਡਏ। ਦੇਖੋ ਮੁਹੱਬਤ ਦਾ ਇਹ ਤਕਾਜ਼ਾ ਵੈ ਕਿ ਸਿੱਖਾਂ ਤੁਸੀਂ ਦੇਖ ਲਓ, ਉਹਨਾਂ ਨੂੰ ਕਿਹਾ ਨਹੀਂ ਗੁਰੂ ਨਾਨਕ ਦੇਵ ਜੀ ਨੇ, ਉਹ ਫਿਰ ਵੀ ਕੰਮ ਕਰਨ ਡਏ ਹੈ। ਅਤੇ ਇੱਥੇ ਹਜ਼ੂਰ ਪਾਕ ਸੱਲਮ ਫਰਮਾ ਰਹੇ ਕਿ ਕੰਮ ਨਹੀਂ ਕਰਨਾ, ਅਤੇ ਜ਼ਾਲਮ ਫਿਰ ਵੀ ਕੰਮ ਕਰਨ ਡਏ ਹੈ, ਅਤੇ ਜਿਹੜੇ ਕੰਮਾਂ ਤੋਂ ਮਨਾ ਕੀਤਾ ਗਿਆ ਉਹ ਕੰਮ ਕਰਨ ਡਏ ਹੈ, ਉਲਟ ਚੱਲਣ ਡਏ ਹੈ। ਇਹ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਮੁਸਲਮਾਨ ਹੋ ਸਕਦੇ ਹੈ? ਅਤੇ ਵੀਰੋ ਇਹ ਜਿਹੜੇ ਹੁੰਦੇ ਨਾ ਤਜ਼ਾਦਾਤ, ਇਹ ਮਾੜੇ ਲੋਕ ਹਰ ਜਗ੍ਹਾ 'ਤੇ ਮੌਜੂਦ ਹੁੰਦੇ ਆ। ਲੇਕਿਨ ਕੀ ਕਰੀਏ, ਉਹ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ, ਕੁੱਤੇ ਦੀ ਪੂਛ ਹੁੰਦੇ ਆ, ਉਹ ਕਦੀ ਨਹੀਂ ਸਿੱਧੇ ਹੁੰਦੇ, ਉਹ ਆਪਣੇ ਕੰਮ ਨੂੰ ਨਹੀਂ ਛੱਡਦੇ, ਆਪਣੇ ਟੱਟੇ ਰਹਿੰਦੇ ਆ। ਕਿਉਂਕਿ ਸ਼ੈਤਾਨ ਵੀ ਤਾਂ ਮੌਜੂਦ ਹੈ ਨਾ, ਸ਼ੈਤਾਨ ਨੇ ਵੀ ਤਾਂ ਆਪਣਾ ਕੰਮ ਕਰਨਾ ਵੈ, ਉਹਨੂੰ ਕੌਣ ਰੋਕ ਸਕਦਾ ਵੈ? ਅਤੇ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ, ਕਿਉਂਕਿ ਤੁਹਾਡੀ ਰਾਏ ਸਾਡੇ ਵਾਸਤੇ ਬੜੀ ਅਹਿਮੀਅਤ ਰੱਖਦੀ ਹੈ। ਸਾਨੂੰ ਇਹ ਪਤਾ ਚੱਲਦਾ ਵੈ ਕਿ ਤੁਸੀਂ ਕਿਸ ਤਰ੍ਹਾਂ ਦੀ ਵੀਡੀਓ ਦੇਖਣਾ ਪਸੰਦ ਕਰਦੇ ਜੇ। ਅਗਰ ਕੋਈ ਵੀਡੀਓ ਤੁਸੀਂ ਸਾਨੂੰ ਰਿਐਕਸ਼ਨ ਕਰਨ ਵਾਸਤੇ ਦੇਣੀ ਹੋਵੇ ਤਾਂ ਸਾਡੇ ਨੰਬਰ 'ਤੇ ਸਾਨੂੰ ਰਿਐਕਸ਼ਨ ਵਾਸਤੇ ਵੀਡੀਓ ਵਟਸਐਪ ਕਰ ਸਕਦੇ ਜੇ, ਅਸੀਂ ਉੱਤੇ ਲਾਜ਼ਮੀ ਰਿਐਕਸ਼ਨ ਕਰਾਂਗੇ। ਅਤੇ ਦੂਸਰਾ ਵੀਰੋ ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਵਿੱਚ ਯਾਦ ਰੱਖਣਾ। ਅੱਲਾ ਹਾਫਿਜ਼।